रहीम अस्सलाम वालेकुम अलमे बहबे खुश रखे बात रखिए सलाम शुक्र दें मिशन पर प्रेस कर दें आजमा पिछले सब्सक्राइब की तरह सब्सक्राइब कर लो तेरा बेल का बटन लाजमी प्रेस करो ताकि सारी आने वाली हर वीडियो टाइम पर तार तक पहुँच सके। अच्छा जी अज वीडियो कुछ इस तरह दी है क्योंकि जी सब तो पहला तो बच्चों मैं लिया के दे रही हूँ रजिस्टर वगैरह और पेंसिलां जो जो भी उन्होंने कहा वो वाला लिया के लगी देन ਅਤੇ ਕਿਉਂਕਿ ਨਵੀਆਂ ਕਲਾਸਾਂ ਮਾਸ਼ਾਅੱਲਾ ਬੈਠੀਆਂ ਵਾ ਅਤੇ ਇਸ ਵਾਸਤੇ ਨਾ ਬੱਚਿਆਂ ਨੇ ਕਿਉਂਕਿ ਟੀਚਰਾਂ ਨੇ ਔਰ ਉਸਤਾਦਾਂ ਨੇ ਕਿਹਾ ਵਾ ਰਜਿਸਟਰ ਕਾਪੀਆਂ ਲੈ ਕੇ ਆਓ ਨਵੀਆਂ ਅਤੇ ਹੁਣ ਲਿਆ ਕੇ ਦੇਣੇ ਆ ਕਿਉਂਕਿ ਬੱਚਿਆਂ ਨੇ ਪੜ੍ਹਨਾ ਵਾ ਅਤੇ ਇਸ ਵਾਸਤੇ ਪੜ੍ਹਾਈ ਜ਼ਰੂਰੀ ਆ ਅਤੇ ਮੈਂ ਕਿਹਾ ਚਲੋ ਪੁੱਤ ਮੈਂ ਤੁਹਾਨੂੰ ਲਿਆ ਕੇ ਦੇਣੀ ਆ ਸਾਰਾ ਸਮਾਨ ਅਤੇ ਮੈਂ ਹੁਣ ਸਭ ਤੋਂ ਪਹਿਲਾਂ ਜਾ ਬੱਚਿਆਂ ਨੂੰ ਰਜਿਸਟਰ ਦੇਵਾਂ ਲਿਆ ਕੇ ਰਜਿਸਟਰ ਉਹ ਕਾਪੀਆਂ ਵਗੈਰਾ ਔਰ ਬਾਕੀ ਜਿਹੜਾ ਜੋ ਵੀ ਅਗਲਾ ਸੀਨ ਹੋਗਾ ਜੋ ਵੀ ਕਲਿੱਪ ਹੋਗਾ ਜੋ ਕੁਛ ਵੀ ਕੰਮ ਕਰਾਂਗੇ ਉਹ ਫਿਰ ਮੈਂ ਹਮੇਸ਼ਾ ਹੀ ਕਰਾਂਗੀ। ਅੱਛਾ ਜੀ ਬੱਚਿਆਂ ਦੇ ਰਜਿਸਟਰ ਮੰਗਵਾ ਕੇ ਹਟੀ ਹਾਂ ਸਕੂਲ ਵਾਸਤੇ ਇਹਨਾਂ ਦੇ ਹੋਮਵਰਕ ਵਾਸਤੇ ਕਿਉਂਕਿ ਜੀ ਮਾਸਟਰ ਨਵੀਆਂ ਕਲਾਸਾਂ 'ਚ ਬੈਠੇ ਆ ਅਤੇ ਇਸ ਵਾਸਤੇ ਨਾ ਇਹਨਾਂ ਨੂੰ ਰਜਿਸਟਰ ਲਿਆ ਕੇ ਦਿੱਤੇ ਆ ਸਾਰਿਆਂ ਨੂੰ ਮਾਹਮ ਨਾਲ ਉਸਨੂੰ ਕਾਪੀਆਂ ਲਿਆਤੀਆਂ ਸੀ ਇਹਨਾਂ ਨੂੰ। ਸ਼ੁਰੂ ਤੇਰੇ ਕਿੰਨੇ ਪੁੱਤ? ਪੰਜ। ਸਾਰੇ ਉਰਦੂ ਦੇ? ਪੰਜ। ਇੰਗਲਿਸ਼ ਲਿਆ ਨਹੀਂ ਸੀ ਲੈਣੀ? ਆ ਵੀ ਉਰਦੂ ਆ, ਆ ਵੀ ਉਰਦੂ। ਹੋ ਗਏ ਨਾ ਤੇਰੇ ਪੰਜ ਪੂਰੇ ਰਜਿਸਟਰ ਹੈ ਨਾ? ਚੱਲ ਉੱਠ ਫਿਰ ਆਪਣੇ ਬੈਗ 'ਚ ਪਾ, ਚੱਲ ਸ਼ਾਬਾਸ਼। ਅੱਛਾ ਜੀ ਸ਼ੁਰੂ ਤੇ ਹੋ ਗਏ ਆ, ਇੱਕ ਮਿੰਟ ਰੁਕ ਜਾਓ। ਮੈਂ ਕੱਲੀ ਮੈਂ ਅੱਛਾ ਆ ਉਰਦੂ ਉਰਦੂ ਆ ਇੰਗਲਿਸ਼ ਇੰਗਲਿਸ਼ ਆ ਨਾ ਮੈਂ ਤੇਰੇ ਆ ਚੱਕਰਾ ਤੂੰ ਵੀ ਠੀਕ ਆ ਨਾ? ਤੁਹਾਡੀਆਂ ਕਾਪੀਆਂ ਤੁਹਾਨੂੰ ਲਿਆਤੀਆਂ ਸੀ ਮੈਂ। ਹਾਂਜੀ ਚੱਲ ਮੈਂ ਮੇਰਾ ਬੱਚਾ ਪਾਓ ਉੱਥੇ ਬੈਕ ਬੈਕ ਵਿੱਚ ਦਿਲ ਲਾ ਕੇ ਪੜ੍ਹਨਾ ਹੁਣ। ਅੱਛਾ ਦੇਖ ਲਾ ਕਿੰਨਾ ਮੁਸ਼ਕਲ ਤੁਹਾਨੂੰ ਹਰ ਸ਼ਾਇਦ ਜ਼ਰੂਰਤ ਤੁਹਾਡੀ ਪੂਰੀ ਕਰਕੇ ਦੇਈ ਦੀ ਸਕੂਲ ਦੀ। ਅੱਛਾ ਆਹੋ ਆ ਪੰਜ ਰਜਿਸਟਰ ਦੇ ਤੇਰੇ ਹੁਣ 500 ਦੇ ਆ ਪੰਜ ਰਜਿਸਟਰ ਤੇਰੇ ਜੀ। ਸਾਡੇ ਵੱਲ ਹੋਏ ਖੜੇ ਜੀ ਬੱਦਲ, ਦੇਖੋ ਜੀ ਕਿੱਦਾਂ ਬੱਦਲ ਜੁੜਿਆ, ਕਾਲਾ ਸ਼ਾਹ ਬੱਦਲ ਚੜਿਆ ਹੋਇਆ ਦੇਖੋ, ਕਾਲਾ ਸ਼ਾਹ ਬੱਦਲ। ਮੈਂ ਹੁਣ ਲੱਗੀ ਸੀ ਬਣਾਉਣ ਹਾਂਡੀ, ਮੈਂ ਕਿਹਾ ਹਾਂਡੀ ਬਣਾ ਲਵਾਂ ਦਵਾ ਦਾ, ਅਤੇ ਮੋਟੀਆਂ ਮੋਟੀਆਂ ਕਣੀਆਂ ਲੱਗ ਗਿਆ ਪੈਣਾ ਦੇ, ਮੋਟੀਆਂ ਮੋਟੀਆਂ ਕਣੀਆਂ ਦੇ ਪੈਣ, ਅਤੇ ਮੈਂ ਬਸ ਬਰਤਨ ਧੋਣ ਦੇ ਹੀ ਜਾ ਜਲਦੀ ਕਰ ਲਾ ਪੁੱਤ। ਦੇਖੋ ਕਣੀਆਂ ਪੈ ਜਾਂਦੀਆਂ ਮੋਟੀਆਂ ਮੋਟੀਆਂ, ਬੱਦਲ ਬਹੁਤ ਆ ਦੇਖੋ। ਚਲੋ ਇੰਨਾ ਕਿ ਮੌਸਮ ਥੋੜ੍ਹਾ ਜਿਹਾ ਠੰਡਾ ਹੋ ਜਾਊਗਾ। ਕਾਲਾ ਸ਼ਾਹ ਬੱਦਲ ਆ ਦੇਖ, ਆ ਇੰਨੀ ਕਿ ਚੋਟੀ ਜੀ ਜ਼ਿਆਦਾ ਕਾਲੀ ਆ ਦੇਖ, ਕਣੀਆਂ ਤੇਜ਼ ਹੋਣ ਲੱਗ ਗਈਆਂ। ਭੱਜਿਆ 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 ਜੀ, ਆਲੂ ਵੀ ਕੱਟ ਲਿਆ ਬਰੀਕ ਬਰੀਕ ਬਰੀਕ, ਆ ਦੇਖੋ ਆਲੂ ਕੱਟ ਕੇ ਧੋ ਕੇ ਲੈ ਆਉਂਦੇ ਆ। ਔਰ ਇੱਧਰ ਛੋਟਾ ਜਿਹਾ ਗਮ ਬੰਦ ਗੋਭੀ ਦਾ ਫੁੱਲ ਪਿਆ ਸੀਗਾ, ਉਹ ਕੱਟ ਕੇ ਹਟੀਆਂ ਬਰੀਕ ਬਰੀਕ। ਅਤੇ ਹੋਰ ਟਮਾਟਰ ਮਿਰਚਾਂ ਪਿਆਜ਼ ਔਰ ਲਸਣ
ਹਰ ਸ਼ਹਿਰ ਰੱਖ ਲਈਏ ਕੁੱਲ ਲਿਆ ਕੇ ਦੇਖੋ ਆਪਣਾ ਸਾਰਾ ਸਮਾਨ ਔਰ ਇੱਕ ਆਂਡਾ ਵੀ ਲੈ ਜਾਂਦਾ ਦੇਖੋ। ਅੱਜ ਜੀ ਮੈਂ ਬਣਾ ਰਹੀ ਹਾਂ ਜੀ ਇਹ ਆਲੂ ਔਰ ਬੰਦ ਗੋਭੀ ਲੱਗੀ ਸੀ ਬਣਾਉਣ, ਕਿਉਂਕਿ ਥੋੜ੍ਹੀ ਜਿਹੀ ਬੰਦ ਗੋਭੀ ਪਈ ਸੀ, ਆਲੂ ਜ਼ਿਆਦਾ ਕੱਟ ਲਿਆ ਮੈਂ। ਮੈਂ ਕਿਹਾ ਚਲੋ ਇੱਕ ਆਂਡਾ ਵੀ ਵਿੱਚ ਪਾਉਂਦੀ ਹਾਂ ਇਹਨਾਂ ਦੇ, ਅਤੇ ਇਸ ਵਾਸਤੇ ਫਿਰ ਮੈਂ ਇਹ ਬਣਾ ਰਹੀ ਹਾਂ ਆਲੂ ਔਰ ਬੰਦ ਗੋਭੀ ਔਰ ਆਂਡਾ ਪਾ ਕੇ। ਮੈਂ ਕਿਹਾ ਚਲੋ ਥੋੜ੍ਹਾ ਜ਼ਾਇਕਾ ਬਦਲ ਜੂਗਾ ਨਾ, ਆਂਡੇ ਆਂਡੇ ਦੀ ਸ਼ੇਪ 'ਚ ਹੋ ਜੂਗਾ ਆਂਡਾ, ਆਲੂ ਆਂਡੇ ਮਤਲਬ ਬਣ ਜਾਣਗੇ। ਅਤੇ ਮੈਂ ਹੁਣ ਸਲ ਬਣਾਉਂਦੀ ਹਾਂ ਔਰ ਹਾਂਡੀ ਇੱਧਰ ਰੱਖ ਲਈਏ ਜੀ, ਉੱਪਰ ਸਿਲੰਡਰ ਬੰਦ ਕੀਤਾ ਹੋਇਆ ਜੀ, ਉੱਦਾਂ ਹੀ ਚਲਾਉਣਾ ਚਲਾਉਣ ਦਾ ਹੀ ਹੈ। ਔਰ ਹੁਣ ਮੈਂ ਕਿਉਂਕਿ ਸਿਲੰਡਰ ਚਲਾ ਲਿਆ ਘਿਓ ਪਾ ਲਵਾਂ ਹੁਣ ਵਿੱਚ। ਅੱਛਾ ਜੀ ਹੁਣ ਮੈਂ ਪਾ ਲਵਾਂ ਘਿਓ, ਘਿਓ ਪਾ ਲਿਆ, ਘਿਓ ਨੂੰ ਹੁਣ ਦੇਣੀ ਹੈ ਗਰਮ। ਅਤੇ ਸਰੋਜ ਬੇਟੇ ਨੂੰ ਕਹਿ ਕੇ ਆਈ ਹਾਂ ਮੈਂ ਕਿਹਾ ਮਿਰਚਾਂ ਨੂੰ ਨਾ ਪਾਣੀ ਲਾ, ਕਿਉਂਕਿ ਮਾਸ਼ਾਅੱਲਾ ਮਿਰਚਾਂ ਵਾਹਵਾ ਲੱਗੀਆਂ ਹੋਈਆਂ ਵਾ, ਅਤੇ ਮੈਂ ਕਿਹਾ ਮਿਰਚਾਂ ਨੂੰ ਪਾਣੀ ਲਾ ਦਿਉ, ਅਤੇ ਸਰੋਜ ਪਾਣੀ ਲਾਉਣ ਦਿਆ ਵਾ। ਅਤੇ ਨਾਦਸ ਮਾਹਾਂ ਨੂੰ ਕਹਿ ਕੇ ਹਟੀ ਹਾਂ ਮੈਂ ਕਿਹਾ ਤੁਸੀਂ ਨਾ ਉਹ ਕਰੋ, ਮੈਂ ਕਿਹਾ ਡੋਲ ਲੈ ਜਾਵੋ ਬਾਹਰ, ਡੋਲ ਲੈ ਕੇ ਖਲੋ ਜਾਵੋ, ਅਤੇ ਜਦੋਂ ਚਾਚੂ ਆਇਆ ਨਾ ਅਤੇ ਉਹਨੂੰ ਫਿਰ ਉਹਦੇ ਕੋਲ ਲਵੀ ਡੋਲ, ਅਤੇ ਮੈਂ ਹੁਣ ਜੀ ਕੋਸ ਲਵਾਂ ਲਸਣ। ਮਾਹਾਂ ਲਸਣ ਦਾ ਪੇਸਟ ਬਣਾ ਦਿੱਤੀ ਜਾ ਕੇ, ਅੱਜ ਵੀ ਮਾਹਾਂ ਦੇ ਤਾਂ ਵਾਲ ਕੱਟੇ ਪਰ ਨੂੰ ਕਰੋ ਕਾਟ ਕੇ ਦਿਖਾਓ, ਅੱਜ ਨਾ ਇਹਦੇ ਵਾਲਾਂ ਦੀ ਕਟਿੰਗ ਕੀਤੀ ਜਾਂਦੀ ਜੀ। ਪਿਆਜ਼ ਫਰਾਈ ਹੋ ਗਏ ਆ ਅਤੇ ਹੁਣ ਪਾ ਲਵਾਂ ਲਸਣ ਦਾ ਪੇਸਟ, ਲਸਣ ਦਾ ਪੇਸਟ ਪਾ ਲਵਾਂ, ਮਿਕਸ ਕਰ ਦੂੰ ਅਤੇ ਲਸਣ ਦੇ ਪੇਸਟ ਨੂੰ 2 ਤੋਂ 3 ਮਿੰਟ ਵਾਸਤੇ ਭੁੰਨ ਲੈਂਦੀ ਹਾਂ, ਤਾਂ ਕਿ ਲਸਣ ਦਾ ਜਿਹੜਾ ਕੱਚਾ ਪਾਉਣ ਉਹ ਜਿਹੜਾ ਖਤਮ ਹੋ ਜਾਵੇ। ਔਰ ਨਾਲ ਹੀ ਪਾ ਦਿੰਦੀ ਹਾਂ ਜੀ ਟਮਾਟਰ ਔਰ ਮਿਰਚਾਂ, ਨਾਲੇ ਲਸਣ ਦਾ ਪੇਸਟ ਭੁੱਜ ਜੂਗਾ ਔਰ ਨਾਲ ਜਿਹੜੇ ਟਮਾਟਰ ਹਨ ਉਹ ਨਰਮ ਹੋ ਜਾਣ। ਅੱਛਾ ਜੀ ਲਸਣ ਦਾ ਪੇਸਟ ਵੀ ਭੁੱਜ ਗਿਆ ਔਰ ਟਮਾਟਰ ਵੀ ਨਰਮ ਹੋ ਗਿਆ ਦੇਖੋ। ਅਤੇ ਹੁਣ ਲੱਗੇ ਜੀ ਮੈਂ ਫੋੜਨ ਮਸਾਲੇ ਪਾਉਣ, ਸਭ ਤੋਂ ਪਹਿਲਾਂ ਨਮਕ ਪਾਤਾ ਔਰ ਹਲਦੀ ਦਾ 1 ਚਮਚ, ਲਾਲ ਮਿਰਚ, ਗਰਮ ਮਸਾਲਾ ਅਤੇ ਫੋੜਨ ਮਸਾਲਾ ਜੀ ਬਣਾਈ 2 ਤੋਂ 3 ਮਿੰਟ ਵਾਸਤੇ, ਜਿਵੇਂ ਫੋੜਨ ਮਸਾਲੇ ਬਣਾਈ ਨਾ ਕਰ ਲਿਆ ਜਾਂਦੀ, ਪਾਣੀ ਦਾ ਚਿੱਟਾ ਲਾ ਲਾਂ ਤਾਂ ਕਿ ਮਿਰਚਾਂ ਨਾ ਸੁਣਨ। ਅੱਛਾ ਜੀ ਫੋੜਨ ਮਸਾਲੇ ਦੀ ਬਣਾਈ ਚੰਗੀ ਤਰ੍ਹਾਂ ਕਰ ਲਈ ਹੈ ਅਤੇ ਹੁਣ ਮੈਂ ਪਾ ਲਵਾਂ ਆਲੂ, ਬੱਚੇ ਖੇਡਣ ਦੇ ਬਾਹਰ ਚੰਗੀ ਤਰ੍ਹਾਂ ਕਰਦੀ ਹਾਂ ਮਿਕਸ, ਅਤੇ ਆਲੂ ਨਾਲ ਬਣਾਈ ਜਿਹੜੀ ਚੰਗੀ ਤਰ੍ਹਾਂ ਕਰ ਲਵਾਂ। ਅੱਛਾ ਜੀ ਹੁਣ ਮੈਂ ਪਾ ਰਹੀ ਹਾਂ ਨਾਲ ਹੀ ਬੰਦ ਗੋਭੀ,
ਬੰਦ ਗੋਭੀ ਪਾ ਲਈ ਨਾਲ। ਸਰੋਜ ਪੁੱਤ ਮੈਨੂੰ ਨਾ ਉੱਥੋਂ ਆਟਾ ਫੜਾ, ਮੈਂ ਨਾਲ ਹੀ ਆਟਾ ਗੁੰਨ ਲਵਾਂ ਬੈਠ ਕੇ ਮੈਂ। ਸਰੋਜ ਬੰਦ ਗੋਭੀ ਵੀ ਪਾਤੀ ਵਿੱਚ, ਦੋਨਾਂ ਦੀ ਨਾ ਚੰਗੀ ਤਰ੍ਹਾਂ ਫਰਾਈ ਕਰ ਲੈਣੀ ਆ। ਅੱਛਾ ਜੀ, ਦੋ ਅੰਡੇ ਰੱਖ ਲਏ ਆ। ਵਾਲੇਕੁਮ ਸਲਾਮ। ਅਤੇ ਆਲੂਆਂ ਦੀ ਬੰਦ ਗੋਭੀ ਦੀ ਚੰਗੀ ਤਰ੍ਹਾਂ ਬਣਾਈ ਕਰ ਲਈ, ਗਲ ਗਏ ਚੰਗੀ ਤਰ੍ਹਾਂ, ਆਲੂ ਵੀ ਗਲ ਗਏ ਔਰ ਬੰਦ ਗੋਭੀ ਵੀ ਗਲ ਗਈ ਆ। ਅਤੇ ਹੁਣ ਜੀ ਲੱਗੀ ਮੈਂ ਆਪਾਂ ਆਂਡੇ ਵਿੱਚ, ਆਟਾ ਵੀ ਗੁੰਨ ਲਿਆ ਵਾ ਜੀ ਮੈਂ, ਆਟਾ ਗੁੰਨ ਕੇ ਰੱਖ ਲਿਆ ਮੈਂ। ਇਹਨਾਂ ਨੂੰ ਕਰ ਦਿੰਦੀ ਮਿਕਸ। ਪੰਜ ਮਿੰਟ ਬਾਅਦ ਨਾ ਹੋਰ ਬਣਾਈ ਕਰ ਲੈਣੀ, ਤਾਂ ਕਿ ਆਂਡਾ ਵੀ ਚੰਗੀ ਤਰ੍ਹਾਂ ਪੱਕ ਜਾਵੇ, ਜਿਹੜੀ ਕੁਛ ਰਹਿੰਦੀ ਕਸਰਾ ਵੀ ਪੂਰੀ ਹੋ ਜਾਵੇ। ਜੀ ਸਾਲਨ ਬਣਾ ਲਿਆ ਵਾ, ਅਤੇ ਸਾਲਨ ਲਾ ਕੇ ਰੱਖਤਾ ਮੈਂ ਨੀਚੇ, ਅਤੇ ਹੁਣ ਮੈਂ ਬਣਾ ਰਹੀ ਹਾਂ ਜੀ ਰੋਟੀ। ਮੈਂ ਕਿਹਾ ਰੋਟੀ ਪਕਾ ਲਵਾਂ ਦਾ, ਅਤੇ ਮੈਂ ਵੀ ਬੇਟੀ ਨੂੰ ਕਹਿ ਕੇ ਹਟੀ ਹਾਂ, ਮੈਂ ਕਿਹਾ ਚਟਾਈ ਵੀ ਵਿਛਾ ਪੁੱਤ, ਅਤੇ ਨਾਲੇ ਪਾਣੀ ਲਿਆ ਕੇ ਰੱਖ, ਰੋਟੀ ਮੈਂ ਕਿਹਾ ਖਾਓ ਨਾਲ ਬਹਿ ਕੇ। ਅਤੇ ਦਾਦਾ ਹੁਣ ਬਣਾ ਲਵਾਂ ਰੋਟੀ, ਕਿਉਂਕਿ ਸਿਲੰਡਰ 'ਤੇ ਬਣਾਉਣੀ ਆ। ਸਿਲੰਡਰ 'ਤੇ ਮੈਂ ਪਤਾ ਵਾ ਇੱਕ ਇੱਕ ਪੱਕਦੀ ਹੈ ਮਸਾਂ। ਕੋਈ ਸੇਕਾ ਰੱਖਿਆ ਹੋਇਆ ਰੋਟੀ ਸੇਕਣ ਵਾਸਤੇ, ਦੇਖੋ, ਕਿਉਂਕਿ ਇੱਦਾਂ ਫੇਰ ਵੀ ਨਾ ਛੇਤੀ ਲੱਥ ਜਾਂਦੀ ਰੋਟੀ।